ਮੈਂ ਤਾਂ ਸਭ ਤੋਂ ਪਹਿਲਾਂ SGPC ਦਾ ਬਹੁਤ ਬਹੁਤ ਧੰਨਵਾਦੀ ਹਾਂ, ਧਾਮੀ ਸਾਹਿਬ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਇੰਨਾ ਮੈਨੂੰ ਮਾਣ ਬਖਸ਼ਿਆ। ਤਾਂ ਪਿਛਲੀ ਵਾਰੀ ਵੀ ਜਦੋਂ ਏਸ਼ੀਅਨ ਗੇਮਾਂ ਵਿੱਚ ਗੋਲਡ ਮੈਡਲ ਲੈ ਕੇ ਆਏ ਸੀਗੇ ਤਾਂ ਉਦੋਂ ਵੀ SGPC ਨੇ ਬਹੁਤ ਸਨਮਾਨ ਕੀਤਾ ਸੀਗਾ। ਐਤਕੀ ਓਲੰਪਿਕਸ ਵਿੱਚ ਬ੍ਰੌਂਜ ਮੈਡਲ ਲੈ ਕੇ ਆਏ ਹਾਂ ਅਤੇ ਉਸ ਵਿੱਚ ਵੀ SGPC ਨੇ ਮੇਰਾ ਬਹੁਤ ਸਨਮਾਨ ਕੀਤਾ। ਜਿੱਦਣ ਅਸੀਂ ਮੈਡਲ ਲੈ ਕੇ ਇੰਡੀਆ ਪਰਤੇ ਸੀਗੇ ਸਭ ਤੋਂ ਪਹਿਲਾਂ ਉਦੋਂ ਸਨਮਾਨਿਤ ਕੀਤਾ ਸੀਗਾ ਅਤੇ ਅੱਜ ਚੇਚੇ ਤੌਰ 'ਤੇ ਬੁਲਾ ਕੇ ਅਤੇ ਮੈਨੂੰ SGPC ਨੇ ਸਨਮਾਨ ਕੀਤਾ ਅਤੇ ਮੈਂ SGPC ਦਾ ਬਹੁਤ ਧੰਨਵਾਦੀ ਹਾਂ। ਅਤੇ ਮੈਂ ਇਹੀ ਗੁਜ਼ਾਰਿਸ਼ ਕਰਦਾ SGPC ਤੋਂ ਕਿ ਇੱਦਾਂ ਹੀ ਆਉਣ ਵਾਲੇ ਪਲੇਅਰਾਂ ਦੀ, ਪੰਜਾਬ ਦੇ ਪਲੇਅਰਾਂ ਦੀ, ਇੰਡੀਆ ਦੇ ਪਲੇਅਰਾਂ ਦੀ ਇੱਦਾਂ ਹੀ ਸਪੋਰਟ ਕਰਦੇ ਰਹਿਣ ਤਾਂ ਜੋ ਆਪਣੇ ਜਿੰਨੇ ਵੀ ਔਰ ਆਉਣ ਵਾਲੀ ਯੰਗ ਜਨਰੇਸ਼ਨ ਆ ਉਹ ਇਸ ਤੋਂ ਪ੍ਰਭਾਵਿਤ ਹੋ ਕੇ ਹੋਰ ਗੇਮਾਂ ਵੱਲ ਵਧੇ। ਅਤੇ ਜਿੱਦਾਂ ਕਿ ਮੇਰੇ ਨਾਲ ਨਾਲ ਅੱਜ ਅੰਬਾਲੇ ਤੋਂ ਇੱਕ ਵੀਰ ਦੌੜ ਕਰਕੇ ਇੱਥੇ ਤੱਕ ਪਹੁੰਚਿਆ ਹੈ, ਹਰਿਮੰਦਰ ਸਾਹਿਬ ਦਰਸ਼ਨ ਕਰਨ ਆਇਆ ਹੈ, ਉਸਦਾ ਵੀ SGPC ਨੇ ਸਨਮਾਨ ਕੀਤਾ ਹੈ। ਅਤੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਇਸ ਚੀਜ਼ ਦੇ ਕਿ ਉਹਨਾਂ ਨੇ ਇੰਨਾ ਸਾਨੂੰ ਮਾਣ ਬਖਸ਼ਿਆ। ਕੀ ਅਪੀਲ ਕਰਨਾ ਚਾਹੋ? ਬਿਲਕੁਲ, ਅਪੀਲ ਇਹੀ ਆ ਕਿ ਆਪਣੇ ਜਿੰਨੇ ਵੀ ਨੌਜਵਾਨ ਸਿੱਖ ਨੌਜਵਾਨ ਆ ਉਹ ਸਿੱਖੀ ਸਰੂਪ ਵਿੱਚ ਰਹਿ ਕੇ ਆਪਣੇ ਪੰਜਾਬ ਦਾ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨ ਅਤੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਤਾਂ ਜੋ ਆਪਣੇ ਜਿਹੜੀ ਧਰਮ ਦੀ ਪਹਿਚਾਣ ਆ ਉਹ ਦੇਸ਼ਾਂ ਵਿਦੇਸ਼ਾਂ ਤੱਕ ਪਤਾ ਚੱਲੇ ਕਿ ਆਪਣੇ ਧਰਮ ਦੀ ਕੀ ਅਹਿਮਤਾ ਅਤੇ ਕੀ ਮਹੱਤਤਾ ਵਾ। ਅਤੇ ਇਸੇ ਤਰ੍ਹਾਂ ਹੀ ਮੇਰੀ ਸਾਰਿਆਂ ਨੂੰ ਗੁਜਾਰਿਸ਼ ਆ ਕਿ ਆਪਣੇ ਸਰੂਪ ਵਿੱਚ ਰਹਿ ਕੇ ਖੇਡਣ। ਬਿਲਕੁਲ, ਸਾਰਿਆਂ ਨੂੰ ਇਹੀ ਅਪੀਲ ਆ ਕਿ ਆਪਣੇ ਨਸ਼ਿਆਂ ਤੋਂ ਦੂਰ ਰਹਿਣ, ਨਸ਼ਿਆਂ ਤੋਂ ਦੂਰ ਰਹਿ ਕੇ ਜੇ ਤੁਸੀਂ ਕੋਈ ਸਟੱਡੀ ਵੀ ਕਰਦੇ ਆ ਜਾਂ ਕੋਈ ਹੋਰ ਵੀ ਐਜੂਕੇਸ਼ਨ ਕਰਦੇ ਆ ਤੇ ਆਪਣਾ ਸਮਾਂ ਕੱਢ ਕੇ ਜ਼ਰੂਰ ਮੈਦਾਨ ਵਿੱਚ ਜਾਣ, ਖੇਡ ਕਰਨ ਤਾਂ ਜੋ ਉਹਨਾਂ ਦਾ ਜਿਹੜਾ ਧਿਆਨ ਆ ਇਹਨਾਂ ਚੀਜ਼ਾਂ ਤੋਂ ਹਟ ਸਕੇ। ਕਿਉਂਕਿ ਖੇਡ ਇੱਕ ਐਸੀ ਚੀਜ਼ ਆ ਜੋ ਇਨਸਾਨ ਨੂੰ ਮੈਂਟਲੀ ਵੀ ਸਟਰੋਂਗ ਬਣਾਉਂਦੀ ਆ, ਫਿਜ਼ੀਕਲੀ ਦੇ ਨਾਲ ਨਾਲ ਤੋਂ ਸਾਨੂੰ ਇਸ ਚੀਜ਼ਾਂ ਤੋਂ ਦੂਰ ਰੱਖੇਗੀ। ਅਤੇ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਕਿਸ ਤਰ੍ਹਾਂ ਆਪਣੇ ਆਪ ਨੂੰ ਅੱਗੇ ਲੈ ਕੇ ਆਉਂਦੇ ਨੇ ਕਿ ਜਿੱਦਾਂ ਅੰਬਾਲੇ ਤੋਂ ਇਹ ਵੀਰ ਅਥਲੀਟ ਕਰਦਾ ਅਤੇ ਅੰਬਾਲੇ ਤੋਂ ਭੱਜ ਕੇ ਤੋਂ ਘਰ ਆਇਆ, ਇਹਦੇ ਨਾਲ ਵੀ ਕਿੰਨੇ ਜਿਹੜੇ ਹੋਰ ਨੌਜਵਾਨ ਇਸ ਚੀਜ਼ ਨੂੰ ਪ੍ਰਭਾਵਿਤ ਹੋਣਗੇ ਅਤੇ ਆਪਣਾ ਗੇਮ ਆ ਲਾਉਣਗੇ। ਬਿਲਕੁਲ, ਇਸ ਚੀਜ਼ ਬਾਰੇ ਜਵਾਬ ਤਾਂ ਇਹੀ ਦੇਣਗੇ ਵੀ ਕੀ ਕਹਿਣਾ ਚਾਹੁੰਦੇ ਆ। ਮੈਂ ਤਾਂ ਸਭ ਤੋਂ ਪਹਿਲਾਂ SGPC ਦਾ ਬਹੁਤ ਬਹੁਤ ਧੰਨਵਾਦੀ ਹਾਂ, ਧਾਮੀ ਸਾਹਿਬ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਇੰਨਾ ਮੈਨੂੰ ਮਾਣ ਬਖਸ਼ਿਆ। ਤਾਂ ਪਿਛਲੀ ਵਾਰੀ ਵੀ ਜਦੋਂ ਏਸ਼ੀਅਨ ਗੇਮਾਂ ਵਿੱਚ ਗੋਲਡ ਮੈਡਲ ਲੈ ਕੇ ਆਏ ਸੀਗੇ ਤਾਂ ਉਦੋਂ ਵੀ SGPC ਨੇ ਬਹੁਤ ਸਨਮਾਨ ਕੀਤਾ ਸੀਗਾ। ਐਤਕੀ ਓਲੰਪਿਕਸ ਵਿੱਚ ਬ੍ਰੌਂਜ ਮੈਡਲ ਲੈ ਕੇ ਆਏ ਹਾਂ ਅਤੇ ਉਸ ਵਿੱਚ ਵੀ SGPC ਨੇ ਮੇਰਾ ਬਹੁਤ ਸਨਮਾਨ ਕੀਤਾ। ਜਿੱਦਣ ਅਸੀਂ ਮੈਡਲ ਲੈ ਕੇ ਇੰਡੀਆ ਪਰਤੇ ਸੀਗੇ ਸਭ ਤੋਂ ਪਹਿਲਾਂ ਉਦੋਂ ਸਨਮਾਨਿਤ ਕੀਤਾ ਸੀਗਾ ਅਤੇ ਅੱਜ ਚੇਚੇ ਤੌਰ 'ਤੇ ਬੁਲਾ ਕੇ ਅਤੇ ਮੈਨੂੰ SGPC ਨੇ ਸਨਮਾਨ ਕੀਤਾ ਅਤੇ ਮੈਂ SGPC ਦਾ ਬਹੁਤ ਧੰਨਵਾਦੀ ਹਾਂ। ਅਤੇ ਮੈਂ ਇਹੀ ਗੁਜ਼ਾਰਿਸ਼ ਕਰਦਾ SGPC ਤੋਂ ਕਿ ਇੱਦਾਂ ਹੀ ਆਉਣ ਵਾਲੇ ਪਲੇਅਰਾਂ ਦੀ, ਪੰਜਾਬ ਦੇ ਪਲੇਅਰਾਂ ਦੀ, ਇੰਡੀਆ ਦੇ ਪਲੇਅਰਾਂ ਦੀ ਇੱਦਾਂ ਹੀ ਸਪੋਰਟ ਕਰਦੇ ਰਹਿਣ ਤਾਂ ਜੋ ਆਪਣੇ ਜਿੰਨੇ ਵੀ ਔਰ ਆਉਣ ਵਾਲੀ ਯੰਗ ਜਨਰੇਸ਼ਨ ਆ ਉਹ ਇਸ ਤੋਂ ਪ੍ਰਭਾਵਿਤ ਹੋ ਕੇ ਹੋਰ ਗੇਮਾਂ ਵੱਲ ਵਧੇ। ਅਤੇ ਜਿੱਦਾਂ ਕਿ ਮੇਰੇ ਨਾਲ ਨਾਲ ਅੱਜ ਅੰਬਾਲੇ ਤੋਂ ਇੱਕ ਵੀਰ ਦੌੜ ਕਰਕੇ ਇੱਥੇ ਤੱਕ ਪਹੁੰਚਿਆ ਹੈ, ਹਰਿਮੰਦਰ ਸਾਹਿਬ ਦਰਸ਼ਨ ਕਰਨ ਆਇਆ ਹੈ, ਉਸਦਾ ਵੀ SGPC ਨੇ ਸਨਮਾਨ ਕੀਤਾ ਹੈ। ਅਤੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਇਸ ਚੀਜ਼ ਦੇ ਕਿ ਉਹਨਾਂ ਨੇ ਇੰਨਾ ਸਾਨੂੰ ਮਾਣ ਬਖਸ਼ਿਆ। ਕੀ ਅਪੀਲ ਕਰਨਾ ਚਾਹੋ? ਬਿਲਕੁਲ, ਅਪੀਲ ਇਹੀ ਆ ਕਿ
ਆਪਣੇ ਜਿੰਨੇ ਵੀ ਨੌਜਵਾਨ ਸਿੱਖ ਨੌਜਵਾਨ ਆ ਉਹ ਸਿੱਖੀ ਸਰੂਪ ਵਿੱਚ ਰਹਿ ਕੇ ਆਪਣੇ ਪੰਜਾਬ ਦਾ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨ ਅਤੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਤਾਂ ਜੋ ਆਪਣੇ ਜਿਹੜੀ ਧਰਮ ਦੀ ਪਹਿਚਾਣ ਆ ਉਹ ਦੇਸ਼ਾਂ ਵਿਦੇਸ਼ਾਂ ਤੱਕ ਪਤਾ ਚੱਲੇ ਕਿ ਆਪਣੇ ਧਰਮ ਦੀ ਕੀ ਅਹਿਮਤਾ ਅਤੇ ਕੀ ਮਹੱਤਤਾ ਵਾ। ਅਤੇ ਇਸੇ ਤਰ੍ਹਾਂ ਹੀ ਮੇਰੀ ਸਾਰਿਆਂ ਨੂੰ ਗੁਰਜਾਇਸ਼ ਆ ਕਿ ਆਪਣੇ ਸਰੂਪ ਵਿੱਚ ਰਹਿ ਕੇ ਖੇਡਣ। ਬਿਲਕੁਲ, ਸਾਰਿਆਂ ਨੂੰ ਇਹੀ ਅਪੀਲ ਆ ਕਿ ਆਪਣੇ ਨਸ਼ਿਆਂ ਤੋਂ ਦੂਰ ਰਹਿਣ, ਨਸ਼ਿਆਂ ਤੋਂ ਦੂਰ ਰਹਿ ਕੇ ਜੇ ਤੁਸੀਂ ਕੋਈ ਸਟੱਡੀ ਵੀ ਕਰਦੇ ਆ ਜਾਂ ਕੋਈ ਹੋਰ ਵੀ ਐਜੂਕੇਸ਼ਨ ਕਰਦੇ ਆ ਤੇ ਆਪਣਾ ਸਮਾਂ ਕੱਢ ਕੇ ਜ਼ਰੂਰ ਮੈਦਾਨ ਵਿੱਚ ਜਾਣ, ਖੇਡ ਕਰਨ, ਤਾਂ ਜੋ ਉਹਨਾਂ ਦਾ ਜਿਹੜਾ ਧਿਆਨ ਆ ਇਹਨਾਂ ਚੀਜ਼ਾਂ ਤੋਂ ਹਟ ਸਕੇ। ਕਿਉਂਕਿ ਖੇਡ ਇੱਕ ਐਸੀ ਚੀਜ਼ ਆ ਜੋ ਇਨਸਾਨ ਨੂੰ ਮੈਂਟਲੀ ਵੀ ਸਟਰੋਂਗ ਬਣਾਉਂਦੀ ਆ, ਫਿਜ਼ੀਕਲੀ ਦੇ ਨਾਲ ਨਾਲ, ਤਾਂ ਸਾਨੂੰ ਇਸ ਚੀਜ਼ਾਂ ਤੋਂ ਦੂਰ ਰੱਖੇਗੀ। ਅਤੇ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਕਿਸ ਤਰ੍ਹਾਂ ਆਪਣੇ ਆਪ ਨੂੰ ਅੱਗੇ ਲੈ ਕੇ ਆਉਂਦੇ ਨੇ ਕਿ ਜਿੱਦਾਂ ਅੰਬਾਲੇ ਤੋਂ ਇਹ ਵੀਰ ਅਥਲੀਟ ਕਰਦਾ ਅਤੇ ਅੰਬਾਲੇ ਤੋਂ ਭੱਜ ਕੇ ਉਸ ਤੋਂ ਘਰ ਆਇਆ, ਇਹਦੇ ਨਾਲ ਵੀ ਕਿੰਨੇ ਜਿਹੜੇ ਹੋਰ ਨੌਜਵਾਨ ਇਸ ਚੀਜ਼ ਨੂੰ ਪ੍ਰਭਾਵਿਤ ਹੋਣਗੇ ਅਤੇ ਆਪਣਾ ਗੇਮ ਆ ਲਾਉਣ। ਬਿਲਕੁਲ, ਇਸ ਚੀਜ਼ ਬਾਰੇ ਜਵਾਬ ਤਾਂ ਇਹੀ ਦੇਣਗੇ ਵੀ ਕੀ ਕਹਿਣਾ ਚਾਹੁੰਦੇ ਆ।